ਮਨਦੀਪ ਸਿੰਘ ਜੀ ਜੀ ਮ੍ਰਿਤਕ ਕੀ ਲੱਗਦੇ ਜੀ ਤੁਹਾਡੇ ਹਾਂਜੀ ਭਰਾ ਮੇਰੇ ਚਾਚੇ ਦਾ ਮੇਰੇ ਮੁੰਡੇ ਜੀ ਕੀ ਕਹਿਣਾ ਚਾਹੋਗੇ ਜੋ ਨਸ਼ੇ ਨੇ ਦੋਵੇਂ ਖੋਲੇ ਨਸ਼ੇ ਤੋਂ ਅਸੀਂ ਸਰਕਾਰ ਕਰਕੇ ਬੇਨਤੀ ਕਰਦੇ ਹਾਂ ਨਸ਼ਾ ਬੰਦ ਕਰਨਾ ਚਾਹੀਦਾ ਵਾ ਇਹ ਬੰਦ ਨਹੀਂ ਚੋਲੇ ਵੀਰ ਮੇਰਾ ਮੁੱਕ ਗਿਆ ਵਾ ਇਹਦਾ ਸਰਕਾਰ ਨੇ ਕੋਈ ਅਸਰ ਨਹੀਂ ਕੀਤਾ ਅੱਗੇ ਵਾਰ ਠੀਕ ਨਹੀਂ ਨਵੇਂ ਦਿਨ ਮੁੱਕ ਗਏ ਤੇ ਪੁਲਿਸ ਤੇ ਖੁਦ ਆਈ ਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਕੀ ਮੰਗ ਕਰਦੇ ਅਸੀਂ ਇਹੋ ਮੰਗ ਕਰਦੇ ਹਾਂ ਨਸ਼ਾ ਬੰਦ ਚਾਹੀਦਾ ਵਾ ਸਾਡੇ ਪਿੰਡ ਕੋਈ ਪੁਲਿਸ ਵਾਲਾ ਜਿਹੜਾ ਨਹੀਂ ਮਾਰਦਾ ਸਾਡੇ ਪਿੰਡ ਖੁਦ ਵਿਕਣ ਦਾ ਗਾੜੀ ਦਾ ਮੁੱਦਾ ਇਹ ਡਾਉਂਦੇ ਆ ਸਾਨੂੰ ਮਜ਼ਬੂਤ ਆ ਮੌਕੇ ਦਾ ਵਿਖਾਓ ਮੌਕੇ ਦੇ ਦੱਸੋ ਦੋ ਲਾਸ਼ਾਂ ਚ ਤੁਰ ਗਈਆਂ ਮੌਕੇ ਤੋਂ ਕੀ ਵਿਖਾਈਏ ਇਹ ਤਾਂ ਆਮ ਸਰਕਾਰ ਨੂੰ ਚਾਹੀਦਾ ਦੋ ਮੌਤਾਂ ਹੋ ਗਈਆਂ ਮੌਕੇ ਤੋਂ ਇਹਦਾ ਮੌਕਾ ਨੂੰ ਕੀ ਚਾਹੀਦਾ ਵਾ ਤੇ ਪਿੰਡ ਦਾ ਜਿਹੜਾ ਜਿਹਨੂੰ ਆਖੀਰਾ ਮੁਖੀ ਆਉਂਦਾ ਮੈਨੂੰ ਮੌਕੇ ਤੇ ਫੜਾਓ ਲਿਆ ਕੇ ਸਮੈਕ ਵਿਖਾਓ ਹੁਣ ਇਹ ਦੱਸੋ ਸਮੈਕ ਇਹਦਾ ਮੌਕੇ ਤੇ ਕੀ ਫੜਾ ਸਕਦਾ ਦੋ ਲਾਸ਼ਾਂ ਬੂਹੇ ਗੜੀ ਪਈਆਂ ਹੋਈਆਂ ਵਾ ਇੰਨਾ ਹੀ ਮੈਂ ਬੇਨਤੀ ਕਰਦਾ ਨਸ਼ਾ ਬੰਦ ਚਾਹੀਦਾ ਬਹੁਤ ਦੁਖਦਾਈ ਘਟਨਾ ਵਾ ਜੀ ਇਹ ਕਿਉਂਕਿ ਮੈਨੂੰ ਜਿਵੇਂ ਪਤਾ ਲੱਗਾ ਇਹ ਸਰਦਾਰ ਮੁਖਤਾਰ ਸਿੰਘ ਜੀ ਦੇ ਪੁੱਤਰ ਸੀ ਦੋਵੇਂ ਉਹ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਤੇ ਮੈਨੂੰ ਅੱਜ ਹੀ ਕਿਸੇ ਨੇ ਦੱਸਿਆ ਤੇ ਮੈਂ ਅੱਜ ਆਇਆ ਇੱਕ ਮੁੰਡੇ ਦਾ ਤੇ ਅੱਜ ਭੋਗ ਸੀ ਤੇ ਇੱਕ ਦੀ ਕੱਲ ਡੈਥ ਹੋ ਗਈ ਇਦੋਂ ਮੰਦ ਭਾਗੀ ਘਟਨਾ ਹੋਰ ਕੀ ਸਕਦੀ ਹੈ ਮਾਪਿਆਂ ਦੇ ਜਾਂ ਉਹਨਾਂ ਦੇ ਪਰਿਵਾਰ ਦੇ ਮੈਂ ਗਿਆ ਹੁਣ ਮੁੰਡਿਆਂ ਦੀ ਦਾਦੀ ਵੀ ਉੱਥੇ ਹੈਗੀ ਉਹਨਾਂ ਨੂੰ ਮਤਲਬ ਵੇਖਿਆ ਨਹੀਂ ਜਾਂਦਾ ਇੰਨੇ ਉਹ ਗਮਗੀਨ ਨੇ ਦੁੱਖ 'ਚ ਨੇ ਜਿਹੜੇ ਲੋਕ ਆ ਰਹੇ ਆ ਉਹ ਵੀ ਬੜੇ ਗਮਗੀਨ ਨੇ ਬੜੇ ਦੁੱਖ 'ਚ ਵੀ ਇਸ ਤਰ੍ਹਾਂ ਦੀ ਘਟਨਾ ਕਦੀ ਸੁਣੀ ਨਹੀਂ ਵੀ ਇੱਕ ਢਾਲੀ ਭੋਗ ਨਾ ਪਿਆ ਹੋਵੇ ਤੇ ਦੂਸਰੇ ਦੀ ਡੈਥ ਹੋ ਜਾਵੇ ਤੇ ਮਾਪਿਆਂ ਦੇ ਜਾਂ ਕੋਈ ਭੋਸ ਪੱਲੇ ਰਹਿੰਦਾ ਬਹੁਤ ਦੁਖਦਾਈ ਆ ਬਹੁਤ ਮੰਦਭਾਗੀ ਘਟਨਾ ਹੈ ਸੋ ਇਹਦਾ ਜਿੰਨਾ ਦੁੱਖ ਹੈ ਸ਼ਬਦਾਂ ਨਾਲ ਕੋਈ ਬਿਆਨ ਨਹੀਂ ਕਰ ਸਕਦਾ ਹਾਂਜੀ ਕੀ ਕਹਿਣਾ ਚਾਹੋਗੇ ਜੋ ਇਹ ਨਸ਼ੇ ਨੇ ਇੱਕੇ ਘਰ ਦੇ ਦੋ ਦੀਵੇ ਗੁੱਲ ਕਰਕੇ ਤੁਹਾਨੂੰ ਸਾਹਿਬ ਮੈਂ ਚੇਅਰਮੈਨ ਸ਼ਵੇਕ ਸਿੰਘ ਧੁੰਨ ਮਾਰਕੀਟ ਕਮੇਟੀ ਤਰਨ ਤਾਰਨ ਮੇਰਾ ਇਹ ਨਗਰ ਅਤੇ ਮੇਰਾ ਇਹ ਘਰ ਦਾ ਪਰਿਵਾਰ ਆ ਸਾਡੇ ਪਰਿਵਾਰ ਦੇ ਵਿੱਚੋਂ ਇਹ ਜਿਹੜੇ ਬੱਚੇ ਦੋਵੇਂ ਗਏ ਆ ਸੋ ਮੈਂ ਬੜਾ ਦੁਖੀ ਹਾਂ ਇਸ ਗੱਲ ਦੇ ਵਿੱਚ ਵੀ ਦੋ ਬੱਚੇ ਹੋਣ ਅਤੇ ਦੋਵੇਂ ਚਲੇ ਜਾਣ ਨੌਜਵਾਨ ਹੋਣ ਦੁੱਖ ਵਾਲੀ ਗੱਲ ਇਹ ਵੀ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਸੀ ਜਿਹੜੀ ਸਾਡੀਆਂ ਮਿਸਾਲਾਂ ਸੀ ਵਰਲਡ ਲੈਵਲ 'ਤੇ ਪੰਜਾਬੀਆਂ ਦੀਆਂ ਉਹ ਸਾਰੀਆਂ ਜਿਹੜੀਆਂ ਅੱਜ ਆ ਸਾਡੀਆਂ ਮਿੱਟੀ ਦੇ ਵਿੱਚ ਮਿਲ ਗਈਆਂ ਸਾਨੂੰ ਨਸ਼ਿਆਂ ਦੀ ਗ੍ਰਿਫਤ 'ਚ ਆ ਗਿਆ ਮੈਂ ਕਿਸੇ ਪਾਰਟੀ 'ਤੇ ਬਲੇਮ ਨਹੀਂ ਕਰਦਾ ਕਿਸੇ ਬੰਦੇ 'ਤੇ ਬਲੇਮ ਨਹੀਂ ਕਰਦਾ ਪਰ ਸਾਨੂੰ ਇਹ ਪਾਰਟੀਆਂ ਬਾਜ਼ੀਆਂ ਛੱਡ ਕੇ ਜੇ ਤਾਂ ਅਸੀਂ ਆਪਦੇ ਬੱਚੇ ਬਚਾਉਣੇ ਆਉਣ ਵਾਲੀ ਪੀੜ੍ਹੀ ਬਚਾਉਣੀ ਆ ਕੁਝ ਸਾਡੀ ਪੀੜ੍ਹੀ ਜਿਹੜੀ ਉਹ ਬਾਹਰ ਨੂੰ ਤੁਰੀ ਜਾ ਰਹੀ ਹੈ ਜਿਹੜੀ ਇੱਥੇ ਹੀ ਉਹ ਜਿਹੜੀ ਉਹ ਗਰਕ ਹੋ ਰਹੀ ਆ ਸੋ ਇਸ ਕਰਕੇ ਆਹ ਜਿਹੜਾ ਅੱਜ ਹਾਦਸਾ ਕੱਲ੍ਹ ਵਾਪਰਿਆ ਇਹ ਬੜਾ ਸਾਡੇ ਪਿੰਡ ਲਈ ਦੁੱਖਦਾਈ ਘਟਨਾ ਵਾ ਜਿਹੜੀ ਆ ਸਾਡੇ ਇਲਾਕੇ ਲਈ ਬੜੀ ਦੁੱਖਦਾਈ ਘਟਨਾ ਵਾ ਇੱਕ ਪਰਿਵਾਰ ਦੇ ਵਿੱਚ ਐਡਾ ਵੱਡਾ ਹਾਦਸਾ ਜੇ ਉਹ ਮਾਂ ਪਿਓ ਉਹ ਜਿਹੜੀਆਂ ਸਾਡੀਆਂ ਧੀਆਂ ਨੂੰਹਾਂ ਵਾ ਸਾਡੇ ਬੱਚੇ ਆ ਉਹ ਕਿਹਦੇ ਆਸਰੇ 'ਤੇ ਜੀਣਗੇ ਅਤੇ ਕੌਣ ਉਹਨਾਂ ਨੂੰ ਰੋਟੀ ਦਊਗਾ ਆਉਣ ਵਾਲੇ ਸਮੇਂ 'ਚ ਇਹ ਜਿਹੜੀਆਂ ਇਹ ਸਰਕਾਰਾਂ ਅਤੇ ਆਉਂਦੀਆਂ ਜਾਂਦੀਆਂ ਰਹਿਣਗੀਆਂ ਸਰਕਾਰਾਂ 'ਚ ਕੋਈ ਫਰਕ ਨਹੀਂ ਹੁੰਦਾ ਅਸੀਂ ਸਰਕਾਰਾਂ 'ਚ ਵੀ ਰਹਿ ਕੇ ਵੇਖਿਆ ਵਾ ਸਰਕਾਰਾਂ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਇਸ ਕਰਕੇ ਇਹ ਸਾਨੂੰ ਸਾਂਝੇ ਤੌਰ 'ਤੇ ਸਾਰਿਆਂ ਨੂੰ ਹੰਭਲੇ ਮਾਰਨੇ ਪੈਣਗੇ ਜੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਨਹੀਂ ਤਾਂ ਜੇ ਜੋ ਇਹ ਚੱਲਣ ਡਿਆ ਵਾ ਇਹਦੇ ਨਾਲ ਸਾਡਾ ਜਿਹੜਾ ਪੰਜਾਬ ਦਾ ਕਿਸੇ ਦਿਨ ਨਾਂ ਖਤਮ ਹੋ ਜੂਗਾ ਵੀ ਪੰਜਾਬੀ ਹੁੰਦੇ ਸੀ ਸੋ ਇਸ ਕਰਕੇ ਸਾਡੇ ਜਿਹੜੇ ਐਡੇ ਐਡੇ ਯੋਧੇ ਪੈਦਾ ਹੋਏ ਆ ਸਾਡੇ ਨਗਰ ਦੇ ਵਿੱਚ ਸਰ ਲਾਲ ਸਿੰਘ ਜੀ ਸਾਰਾਗੜੀ ਦੇ ਬੜੇ ਵੱਡੇ ਸ਼ਹੀਦ ਹੋਏ ਆ ਸੋ ਉਹਨਾਂ ਨੂੰ ਇਹ ਅਸੀਂ ਸ਼ਰਧਾਂਜਲੀ ਇਹੋ ਜਿਹੇ ਕੰਮ ਕਰਕੇ ਦੇਈਏ ਤਾਂ ਸਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਅਸੀਂ ਬੜੇ ਸ਼ਰਮਸਾਰ ਹਾਂ ਇਸ ਗੱਲ ਦੇ ਵਿੱਚ ਜਿਹੜਾ ਅੱਜ ਸਾਡਾ ਐਡਾ ਵੱਡਾ ਇਹ ਨੁਕਸਾਨ ਹੋਇਆ ਕਦੀ ਵੀ ਭਰਪਾਈ ਨਹੀਂ ਹੋਣੀ ਉਸ ਮਾਂ ਪਿਓ ਨੇ ਬਿਸਤਰੇ ਤੋਂ ਨਹੀਂ ਉੱਠਣਾ ਉਹਨਾਂ ਬੱਚਿਆਂ ਨੂੰ ਕਿਸੇ ਨੇ ਪੜ੍ਹਾਉਣਾ ਨਹੀਂ ਉਹਨਾਂ ਧੀਆਂ ਨੂੰ ਕਿਸੇ ਨੇ ਸਾਂਭਣਾ ਨਹੀਂ ਸੋ ਇਸ ਤੋਂ ਵੱਡਾ ਕੋਈ ਵੀ ਹੋਰ ਦੁੱਖਦਾਈ ਕੰਮ ਨਹੀਂ ਹੋ ਸਕਦਾ ਸੋ ਇਸ ਕਰਕੇ ਮੈਂ ਤੇ ਸਾਰੇ ਪ੍ਰਸ਼ਾਸਨ ਨੂੰ ਸਾਰੀਆਂ ਪੋਲੀਟਿਕਲ ਪਾਰਟੀਆਂ ਨੂੰ ਪੋਲੀਟਿਕਲ ਪਾਰਟੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬੇਨਤੀ ਕਰਦਾ ਵੀ ਆਪਾਂ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਬਚਾਈਏ ਇਹ ਮੇਰਾ ਬੱਚਾ ਨਹੀਂ ਇਹ ਕਿਸੇ ਦਾ ਬੱਚਾ ਨਹੀਂ ਇਹ ਸਾਰਿਆਂ ਦੇ ਸਾਡੇ ਬੱਚੇ ਆਉਣ ਵਾਲਾ ਜਿਹੜਾ ਭਵਿੱਖ ਆ ਜਦੋਂ ਇੱਕ ਖੇਤ ਨੂੰ ਅੱਗ ਲੱਗਦੀ ਆ ਅਤੇ ਦੂਸਰੀ ਵੀ ਵੱਟ ਟੱਪਣੀ ਹੁੰਦੀ ਆ ਸੋ ਉਹ ਗੱਲ ਅੱਜ ਉਸ ਟਿਕਾਣੇ 'ਤੇ ਪਹੁੰਚ ਚੁੱਕੀ ਆ ਸੋ ਇਸ ਕਰਕੇ ਮੈਂ ਤੇ ਤੁਹਾਡਾ ਪੱਤਰਕਾਰਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਵੀ ਤੁਸੀਂ ਵੀ ਇਹਦੇ ਸਹਿਯੋਗ ਪਾਓ ਜਿੰਨੀਆਂ ਧਾਰਮਿਕ ਜਥੇਬੰਦੀਆਂ ਸੰਸਥਾਵਾਂ ਜਾਂ ਜਿਹੜੇ ਸੀਨੀਅਰ ਸਾਡੇ ਕਿਸੇ ਵੀ ਮੋਸਟ ਕੰਮ ਕਰਦੇ ਆ ਸਾਰੇ ਇਸ ਕੰਮ ਦੇ ਵਿੱਚ ਇੱਕਜੁੱਟ ਹੋ ਕੇ ਜੇ ਅਸੀਂ ਪੰਜਾਬ ਨੂੰ ਬਚਾਉਣਾ ਤਾਂ ਫਿਰ ਇਹ ਬਚ ਸਕਦਾ ਨਹੀਂ ਤੇ ਵੀਰੋ ਆਉਣ ਵਾਲਾ ਸਮਾਂ ਜਿਹੜਾ ਇੱਥੋਂ ਵੀ ਭਿਆਨਕ ਹੋਊਗਾ ਜਿਵੇਂ ਇਹ ਦਸਾਂ ਦਿਨਾਂ ਦੇ ਵਿੱਚ ਹੀ ਇੱਕ ਮਾਂ ਪਿਓ ਤੜਫਦੇ ਨੂੰ ਕੱਲ੍ਹ ਫਿਰ ਜਿਹੜਾ ਇਹੋ ਜਿਹਾ ਸਾਡੇ ਦੁੱਖਾਂ ਦਾ ਭਾਰ ਟੁੱਟਾ ਵਾ ਜਿਹਦਾ ਅਸੀਂ ਮਤਲਬ ਜ਼ਿਕਰ ਕਰਨਾ ਵੀ ਅੱਜ ਸਾਨੂੰ ਔਖਾ ਹੋਇਆ ਪਿਆ ਵਾ ਮੈਂ ਇਹੋ ਹੀ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਵੀ ਆਪਾਂ ਰਲ ਮਿਲ ਕੇ ਹੰਬਲਾ ਮਾਰੀਏ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ऐसी सभी और खबरों के लिए लाइक कीजिए हमारा फेसबुक का ये पेज और यूट्यूब पर सब्सक्राइब कीजिए हमारा पेज और देखते रहिए पंजाब केसरी।